ਤਾਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ਦੇ ਵਿੱਚ NIA ਦੇ ਵੱਲੋਂ ਸਵੇਰੇ ਤੜਕੇ ਸਾਰ ਰੇਡ ਮਾਰੀ ਗਈ ਹੈ। ਇਹ ਰੇਡ ਜਿਹੜੀ ਹੈ NIA ਦੇ ਵੱਲੋਂ 30 ਥਾਵਾਂ ਦੇ ਉੱਤੇ ਮਾਰੀ ਗਈ ਹੈ ਜਿਸ ਵਿੱਚ NIA ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਬਹੁਤ ਸਾਰੇ ਜਿਹੜੇ ਉੱਤਰੀ ਸੂਬੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਅਤਕੀ ਗਠਨ ਨੇ ਉਹ ਗੈਂਗਸਟਰਾਂ ਦੇ ਨਾਲ ਮਿਲ ਕੇ ਇਹਨਾਂ ਸੂਬਿਆਂ ਦੇ ਵਿੱਚ ਯਾਤਾਂ ਹੱਤਿਆਵਾਂ ਕਰਵਾ ਰਹੇ ਨੇ ਜਾਂ ਫਿਰ ਇਹ ਜਿਹੜੇ ਨੇ ਨਸ਼ੇ ਨੂੰ ਵਾਦਾ ਕਰ ਰਹੇ ਨੇ ਇਸ ਕਰਕੇ NIA ਦੇ ਵੱਲੋਂ ਜਿਹੜਾ ਹੈ ਸਵੇਰੇ ਤੜਕੇ ਸਾਰ ਪੰਜਾਬ ਹਰਿਆਣਾ ਚੰਡੀਗੜ੍ਹ ਸਮੇਤ ਕਈ ਸੂਬਿਆਂ ਦੇ ਵਿੱਚ ਛਾਪੇਮਾਰੀ ਮਾਰੀ ਹੈ ਤੇ ਕਈ ਥਾਵਾਂ ਦੇ ਉੱਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ NIA ਦੇ ਵੱਲੋਂ ਜਿਹੜੀ ਹੈ ਪੁਲਿਸ ਦੇ ਨਾਲ ਮਿਲ ਕੇ ਇਹ ਛਾਪੇ ਮਾਰੇ ਜਾ ਰਹੇ ਨੇ ਜਿਸ ਕਾਰਨ NIA ਨੇ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਛਾਪੇ ਮਾਰੇ ਮਾਰੀ ਗਏ ਨੇ ਤਾਂ ਫਰੀਦਕੋਟ ਦੇ ਕੋਟਪੂਰਾ ਦੇ ਵਿੱਚ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਟੀਮਾਂ ਪਹੁੰਚੀਆਂ ਨੇ ਟੀਮ ਨੇ ਕਰਾ ਦੇ ਵਿੱਚ ਖੰਗਾਲ ਕੀਤੇ ਨੇ ਤੇ ਨਾਲ ਹੀ ਡਾਕੂਮੈਂਟਸ ਵਗੈਰਾ ਵੀ ਚੈੱਕ ਕੀਤੇ ਨੇ ਐਨਆਈਏ ਨੇ ਗੋਲਡੀ ਦੇ ਕਿਸੇ ਰਿਸ਼ਤੇਦਾਰ ਤੋਂ ਮਿਲੇ ਇੱਕ ਡਾਕੂਮੈਂਟ ਦੇ ਆਧਾਰ ਦੇ ਉੱਤੇ ਉਸ ਦੇ ਘਰ ਰੇਡ ਮਾਰੀ ਹੈ ਮੋਗਾ ਦੇ ਬिलासपुर ਦੇ ਪਿੰਡ ਦੇ ਵਿੱਚ ਵੀ ਟੀਮ ਨੇ ਤਕਰੀਬਨ 22 ਸਾਲ ਦੇ ਨੌਜਵਾਨ ਰਵਿੰਦਰ ਸਿੰਘ ਤੋਂ ਵੀ ਪੁੱਛਤਾਚ ਕੀਤੀ ਹੈ ਜਾਂਚ 에ਜੰਸੀਆਂ ਨੂੰ ਪਤਾ ਲੱਗਿਆ ਕਿ ਵਿਦੇਸ਼ਾ ਦੇ ਵਿੱਚ ਜਿਹੜੇ ਬੈਠੇ ਨੇ ਇਹ ਅੱਤਾ ਗੈਂਗਸਟਰ ਜਾਂ ਫਿਰ ਅੱਤਵਾਦੀ ਇਸ ਸੰਗਠਨਾ ਨੂੰ ਇਨਾਂ ਸੂਬਿਆਂ ਦੇ ਵਿੱਚ ਚਲਾ ਰਹੇ ਨੇ ਤੇ ਕਈ ਕਤਲ ਕਤਲ ਕਾਂਡ ਨੂੰ ਹਿੰਸਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਸਿੱਕਾਰਨ ਇਨਾਂ ਸੂਬਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਐਨਆਈਏ ਨੇ 20 ਸਤੰਬਰ 2022 ਨੂੰ ਖੁਦ ਹੀ ਇੱਕ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ ਇਨਾਂ ਸੂਬਿਆਂ ਦੇ ਗੈਂਗਸਟਰ ਤੇ ਨਾਲ ਹੀ ਅੱਤਵਾਦੀ ਮਿਲ ਕੇ ਜਿਹੜੇ ਹੈ ਬਹੁਤ ਸਾਰੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਕਤਲ ਤੇ ਨਾਲ ਹੀ ਹਿੰਸਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਇਹਨਾਂ ਦੇ ਵਿੱਚ ਅਤਵਾਦੀ ਗੈਂਗਸਟਰ ਡਰੱਗ ਤਸਕਰਾ ਦੇ ਨੈਟਵਰਕ ਵੀ ਸਾਹਮਣੇ ਆਏ ਨੇ ਇਹ ਸਾਰੇ ਮਿਲ ਕੇ ਅਵੈਧ ਹਥਿਆਰਾਂ ਦੀ ਤੇ ਨਾਲ ਹੀ ਹੋਰ ਜਿਹੜੇ ਸਰਹਦੀ ਇਲਾਕੇ ਦੇ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਦੇ ਨਾਲ ਆਮ ਲੋਕ ਵੀ ਦਹਿਸ਼ਤ ਦੇ ਵਿੱਚ ਨੇ ਇਸ ਨੂੰ ਲੈ ਕੇ NIA ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਐ ਅੱਜ ਛਾਪੇਮਾਰੀ ਮਾਰੀ ਹੈ ਚੀਨ ਰੀਨੂਵੀ ਨੀਨਾ ਦੇਸ਼ ਦੇ ਵਿੱਚ ਅਤਵਾਦੀ ਗੈਂਗਸਟਰ ਡਾਕਟਰ ਸਕਰਾ ਦੇ ਨਾਲ ਗਠਚੋੜ ਵਾਲੇ ਮਾਮਲੇ ਦੇ ਵਿੱਚ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਮਾਰੀ ਸੀ ਤੇ ਉਸ ਦੀਆਂ ਸੰਪਤੀਆਂ ਵੀ ਕੁਰਕ ਕੀਤੀਆਂ ਸੀ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਦੇ ਲਈ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਟੀਮਾਂ ਦੇ ਵੱਲੋਂ ਛਾਪੇਮਾਰੀ ਮਾਰੀ ਗਈ ਹੈ ਇਸ ਦੇ ਵਿੱਚ ਟੀਮਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਪੁਲਿਸ ਦੇ ਨਾਲ ਮਿਲ ਕੇ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਮਾਰ ਰਹੇ ਹਾਂ ਤਾਂ ਜੋ ਸੂਬਿਆਂ ਦੇ ਵਿੱਚ ਸ਼ਾਂਤੀ ਬਣੀ ਰਹਿ ਸਕੇ ਤੇ ਨਾਲ ਹੀ ਦੱਸ ਦਈਏ ਕੈਨੇਡਾ ਦੇ ਵਿੱਚ ਕਈ ਗੈਂਗਸਟਰ ਬੈਠੇ ਨੇ ਉਹ ਕੈਨੇਡਾ ਦੇ ਵਿੱਚ ਬੈਠੇ ਹੀ ਆਪਣੇ ਨੈਟਵਰਕ ਚਲਾ ਰਹੇ ਨੇ ਦਸਕਾਰਨ ਵਪਾਰੀਆਂ ਤੋਂ ਜਿਹੜੀ ਹੈ ਫਿਰੋਤੀਆਂ ਮੰਗੀਆਂ ਜਾਂਦੀਆਂ ਚਾਹੇ ਉਹ ਯੂਪੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਚਾਹੇ ਹਰਿਆਣਾ ਦੇ ਹੋਣ ਚਾਹੇ ਰਾਜਸਥਾਨ ਦੇ ਹੋਣ ਇਸ ਕਾਰਨ ਜਿਹੜਾ ਹੈ ਇਹਦੇ ਵੱਲੋਂ ਇਹਨਾਂ ਗੈਂਗਸਟਰਾਂ ਅਤਵਾਦੀਆਂ ਤੇ ਤੇ ਨਾਲ ਹੀ ਡਰਗ ਤਸਕਰਾ ਤੇ ਨਕੀਲ ਪਾਉਣ ਦੇ ਲਈ ਸਵੇਰੇ ਤੜਕੇ ਸੈਰ ਰੇਡ ਕੀਤੀ ਗਈ ਹੈ ਤੇ ਨਾਲ ਹੀ ਸਥਾਨੀਆ ਜਿਹੜੀ ਪੁਲਿਸ ਹੈ ਮੌਕੇ ਤੇ ਮੌਜੂਦ ਹੁੰਦੀ ਹੈ ਕਈ ਨੌਜਵਾਨਾਂ ਦੇ ਪੰਜਾਬ ਦੇ ਘਰਾਂ ਦੇ ਵਿੱਚ ਵੀ ਛਾਪੇਮਾਰੀ ਕੀਤੀ ਜਾਂਦੀ ਹੈ ਜਿਸ ਵਿੱਚ ਇੱਕ 22 ਸਾਲ ਦਾ ਨੌਜਵਾਨ ਵੀ ਸ਼ਾਮਿਲ ਹੁੰਦਾ ਹੈ ਤਦਾਸ ਦੱਸਦੀ ਹੈ ਕਿ ਐਨਆਈਏ ਨੇ ਅਗਸਤ 2022 ਦੇ ਵਿੱਚ ਗੈਂਗਸਟਰ ਲਾਰੈਂਸ ਮਿਸ਼ਰਨੂਈ ਤੇ ਉਸਦੇ ਕਈ ਸਹਿਯੋਗੀ ਸੰਗਠਨਾ ਦੇ ਉੱਤੇ ਵੀ ਯੂਆਪਾ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਏਜੰਸੀਆਂ ਦੀ ਜਾਂਚ ਦੇ ਵਿੱਚ ਪਤਾ ਚੱਲਿਆ ਹੈ ਕਿ ਇਹ ਗਰੋਹ ਜਿਹੜੇ ਹੈ ਦੇਸ਼ਾ ਹੋਰ ਦੇਸ਼ਾਂ ਦੇ ਵਿੱਚ ਬੈਠ ਕੇ ਭਾਰਤ ਦੇ ਵਿੱਚ ਕਈ ਮਾਫੀਆ ਚਲਾ ਰਹੇ ਨੇ ਤੇ ਆਮ ਲੋਕਾਂ ਤੋਂ ਜਿਹੜੇ ਹੈ ਲੁੱਟ ਘੁੱਟ ਲੁੱਟ ਕਸੂਟ ਕਰ ਰਹੇ ਨੇ ਵਪਾਰੀਆਂ ਤੋਂ ਪੈਸੇ ਤੇ ਫਰੋਤੀਆਂ ਮੰਗਦੇ ਨੇ ਇਸ ਦੇ ਨਾਲ ਹੀ ਨੈਟਵਰਕ ਦੇ ਵਿੱਚ ਜਿਹੜੇ ਲੋਕ ਸ਼ਾਮਿਲ ਨੇ ਉਹ ਕਈ سنگੀਨ ਅਪਰਾਧਾਂ ਨੂੰ ਵੀ ਜਿਹੜਾ ਹੈ ਅੰਜਾਮ ਦਿੰਦੇ ਨੇ ਜਿਵੇਂ ਕਿ ਜਿਹੜੇ ਹੈ ਸਾਰਿਆਂ ਦੇ ਵਿੱਚੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਵੀ ਕਤਲ ਇਹਨਾਂ ਗੈਂਗਸਟਰਾਂ ਦੇ ਵੱਲੋਂ ਵਿਦੇਸ਼ ਦੇ ਵਿੱਚ ਬੈਟਕੀ ਕਰਵਾਇਆ ਗਿਆ ਸੀ ਤੇ ਨਾਲ ਹੀ ਇਸ ਗੈਂਗਸਟਰਾਂ ਦੇ ਵੱਲੋਂ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਨੈਟਵਰਕ ਜਿਹੜਾ ਹੈ ਜੁੜਿਆ ਸੀ ਰਾਜਸਥਾਨ ਹੋ ਗਿਆ ਪੰਜਾਬ ਹਰਿਆਣਾ ਸਾਰੇ ਜਣਿਆਂ ਨੇ ਮਿਲ ਕੇ ਕਿਸ ਤਰੀਕੇ ਦੇ ਨਾਲ ਕਤਲ ਕਰਵਾਇਆ ਸੀ ਇਸ ਕਰਕੇ ਐਨਆਈਏ ਦੇ ਵੱਲੋਂ ਲਗਾਤਾਰ ਛਾਪੇ ਮਾਰੀ ਮਾਰੀ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੇ ਕਈ ਨੌਜਵਾਨਾਂ ਦੇ ਘਰਾਂ ਦੇ ਵਿੱਚ ਅੱਜ ਰੇਡ ਕੀਤੀ ਹੈ ਐਨਆਈਏ ਦੇ ਕਹਿਣਾ ਹੈ ਕਿ ਅਸੀਂ ਲਗਾਤਾਰ ਇਹਨਾਂ ਸੂਬੇ ਦੇ ਵਿੱਚ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਕਿ ਜਿਹੜੇ ਇਹ ਗੈਂਗਸਟਰ ਨੇ ਡਰਗ ਤਸਕਰਾ ਦੇ ਨਾਲ ਤੇ ਜਿਹੜੇ ਆਤਵਾਦੀ ਭਾਰਤ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੇ ਗਏ ਨੇ ਗੈਂਗਸਟਰ ਉਹਨਾਂ ਦੇ ਨਾਲ ਮਿਲ ਕੇ ਇਹ ਜਿਹੜੇ ਵੱਡੇ ਨੈਟਵਰਕਾਂ ਨੂੰ ਇਹਨਾਂ ਸੂਬਿਆਂ ਦੇ ਵਿੱਚ ਅੰਜਾਮ ਦੇ ਰਹੇ ਨੇ ਜਿਸ ਕਾਰਨ ਜਿਹੜਾ ਹੈ ਲੋਕਾਂ ਤੋਂ ਇਹ ਵੱਡੀਆਂ ਰਕਮਾਂ ਫਿਰੋਤੀਆਂ ਤੇ ਨਾਲ ਹੀ ਲੁੱਟ-ਖਸੁੱਟ ਕਰਦੇ ਨੇ ਤੇ ਕਈ ਵਾਰ ਅਜਿਹਾ ਹੁੰਦਾ ਹੈ ਇਹ ਸਾਰੇ ਨੈਟਵਰਕ ਮਿਲ ਕੇ ਜਿਹੜਾ ਹੈ ਇੱਕ ਲੋਕਪ੍ਰੀਆ ਵਿਅਕਤੀ ਦਾ ਕਤਲ ਵੀ ਕਰਵਾ ਦਿੰਦੇ ਨੇ ਜਿਸ ਕਾਰਨ ਜਿਹੜਾ ਹੈ ਨਿਜਮੇ ਕੀ ਐਨਆਈਏ ਦਾ ਕਹਿਣਾ ਹੈ ਕਿ ਜਿਹੜੇ ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦਾ ਕਤਲ ਇਹਨਾਂ ਦੇ ਵੱਲੋਂ ਕੀਤਾ ਗਿਆ ਇਸ ਕਰਕੇ ਐਨਆਈਏ ਦੇ ਵੱਲੋਂ ਲਗਾਤਾਰ ਇਹਨਾਂ ਸੂਬਿਆਂ ਦੇ ਵਿੱਚ ਰੇਡਾਂ ਮਾਰੀਆਂ ਜਾ ਰਹੀਆਂ ਨੇ ਤਾਂ ਜੋ ਇਹਨਾਂ ਜਿਹੜੇ ਹੈ ਗੈਂਗਸਟਰਾਂ ਦੇ ਉੱਤੇ ਅੱਤਵਾਦੀਆਂ ਦੇ ਉੱਤੇ ਡਰਗ ਤਸਕਰਾਂ ਦੇ ਉੱਤੇ ਨੱਥ ਪਾਈ ਜਾ ਸਕੇ ਲਗਾਤਾਰ ਐਨਆਈਏ ਦਾ ਕਹਿਣਾ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਦੇ ਛੋਟੇ-ਛੋਟੇ ਗਰੋਹਾਂ ਦੇ ਵਿੱਚੋਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੱਢਣ ਦੀ ਤੇ ਨਾਲ ਹੀ ਜਿਹੜੇ ਇਹ ਵੱਡੀਆਂ ਵਾਰਦਾਤਾਂ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਏਜੰਸੀਆਂ ਦੇ ਨਾਲ ਮਿਲ ਕੇ ਅਸੀਂ ਇਹਨਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਕਮੈਂਟਸ ਜ਼ਰੀਏ ਪ੍ਰਤੀਕਿਰਿਆ ਤੁਸੀਂ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ